ਜਦੋਂ ਮੈਂ ਨਾਮ ਨੂੰ ਰੋਟੀ ਪਕਾ ਦੇ ਤੋ ਆਂਦੀ ਹੈ ਮੈਨੂੰ ਪਕਾਣੀ ਨਹੀਂ ਆਉਂਦੀ ਜਦੋਂ ਮੈਂ ਨਾ ਪਕਾਇਆ ਕੀ ਹੈ ਤੋ ਆਂਦੀ ਤੁਸੀਂ ਬਾਹਰੋਂ ਲੈ ਕੇ ਕੀ ਆਏ ਹੋ ਮੈਂ ਤਾਂ ਕੱਖ ਨਹੀਂ ਪਕਾਇਆ ਮਨੂੰ ਤੇ ਪਕਾਣੀ ਆਉਂਦੀ ਨਹੀਂ ਮੁੰਸ਼ੇ ਜੀ ਸਾਡੇ ਆ ਨਾ ਜ਼ਿਆਦਾਤਰ ਜਿਹੜੀਆਂ ਕੁੜੀਆਂ ਨੇ ਨਾ ਉਹਨਾਂ ਦੀ ਖੁਆਇਸ਼ ਹੁੰਦੀ ਹੈ ਕਿ ਸਾਨੂੰ ਬੜਾ ਹੀ ਕੋਈ ਅਮੀਰ ਕੋ ਵੱਡੀ ਗੱਡੀ ਪ੍ਰਾਡੋ ਲੈਂਡ ਕਰੋਜ਼ਰ ਵਾਲਾ ਕੋਈ ਵੱਡਾ ਜਿਹੜਾ ਨਾ ਸਰਮਾਇਆਦਾਰ ਕੋਈ ਮੁੰਡਾ ਲੱਭੇ ਜਿਹਦੇ ਨਾਲ ਉਹਨਾਂ ਦੀ ਸ਼ਾਦੀ ਹੋ ਸਕੇ ਇਹ ਗੱਲ ਤੇ ਠੀਕ ਹੈ ਉਹਨਾਂ ਦੀ ਜਾਇਜ਼ ਖੁਆਇਸ਼ ਏ ਕਿ ਠੀਕ ਹੈ ਜਿੰਨਾ ਖੁਸ਼ਹਾਲ ਲੜਕਾ ਕੋਈ ਮਿਲ ਜੇ ਉਹਨਾਂ ਹੀ ਕਿਸੇ ਮਾਪਾ ਬਾਪस्ते ਵੀ ਅੱਛਾ ਹੁੰਦਾ ਮਾਪਾ ਬਾਪ ਦੀ ਵੀ ਇਹ ਖੁਆਇਸ਼ ਹੁੰਦੀ ਏ ਕਿ ਕੋਈ ਖੁਸ਼ਹਾਲ ਮੁੰਡਾ ਲੱਭੇ ਜਿੱਥੇ ਸਾਡੀ ਧੀ ਕੋਈ ਟੁੱਕਰ ਦੀ ਵਰਗੀ ਵੱਲ ਖਾ ਸਕੇ ਲੇਕਿਨ ਅਸੀਂ ਇਸ ਗੱਲ 'ਲ ਅੱਜ ਦੇ ਦੌਰ 'ਚ ਬਿਲਕੁਲ ਤਵੱਜੋ ਨਹੀਂ ਦਿੰਦੇ ਪਏ ਕਿ ਸਾਡੀਆਂ ਜਿਹੜੀਆਂ ਬੱਚੀਆਂ ਨੇ ਇਹਨਾਂ ਨੂੰ ਅਸੀਂ ਪੜਾ ਰਹੇ ਆ ਬੜੀ ਅੱਛੀ ਗੱਲ ਐ ਐਜੂਕੇਸ਼ਨ ਬੜੀ ਜ਼ਬਰਦਸਤ ਚੀਜ਼ ਐ ਕਿ ਜਦੋਂ ਇੱਕ ਬੱਚੀ ਪੜਦੀ ਐ ਤਾਂ ਉਹਦੇ ਨਾਲ ਇੱਕ ਆਉਣ ਵਾਲੀ ਪੂਰੀ نسل ਪੜੀ ਲਿਖੀ ਨਿਕਲਦੀ ਐ ਲੇਕਿਨ ਅਸੀਂ ਬੱਚੀਆਂ ਨੂੰ ਜਿਹੜੀ ਘਰ ਦਾ ਨਿਜ਼ਾਮ ਜਿਹੜਾ ਚਲਾਣਾ ਹੈ ਜਿਸ ਬੱਚੀ ਨੇ ਉਹ ਨਹੀਂ ਅਸੀਂ ਸਾਰੇ ਕਿ ਅਸੀਂ ਬੱਚੀ ਦੀ ਇਹ ਤੇ ਬੜੀ ਖੁਆਇਸ਼ ਐ ਕਿ ਮੁੰਡਾ ਮਾਲਦਾਰ ਲੱਭੇ ਲੇਕਿਨ ਉਹਨੂੰ ਘਰ ਦੀ ਕਿਸੇ ਚੀਜ਼ ਦਾ ਕੋਈ ਪਤਾ ਨਹੀਂ ਹੁੰਦਾ ਜਦੋਂ ਉਹ ਹੀ ਪ੍ਰੈਕਟੀਕਲ ਲਾਈਫ ਇਚ ਬਚੀ ਜਾਂਦੀ ਏ ਤੋਨੂੰ ਇੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਕਿ ਮੈਂ ਹਰ 8ਵੇਂ ਦਿਨ ਪਰਿਆਂ ਮਕਾਨਾਂ ਵਾ ਜਿਹਦੇ ਵਿੱਚ ਐਂਡ ਆਫ ਦਿਡੇ ਗੱਲ ਆ ਨਿਕਲਦੀ ਏ ਕਿ ਮੁੰਡਾਂ ਦਾ ਮੈਂ ਘਰ ਹੁਣਾ ਤੇ ਮੈਨੂੰ ਪੱਕੀ ਸ਼ਾਇਕ ਅੱਖ ਨਹੀਂ ਲੱਭਦੀ ਜਦੋਂ ਮੈਂ ਆ ਨਾ ਮੈਨੂੰ ਰੋਟੀ ਪਕਾ ਦੇ ਤੋ ਆਂਦੀ ਏ ਮੈਨੂੰ ਪਕਾਣੀ ਨਹੀਂ ਆਤੀ ਜਦੋਂ ਮੈਂ ਨਾ ਪਕਾਇਆ ਕੀ ਏ ਤੂੰ ਆਂਦੀ ਤੁਸੀਂ ਬਾਹਰੋਂ ਲੈ ਕੇ ਕੀ ਆਏ ਹੋ ਮੈਂ ਤੇ ਕਾ ਖਰੀ ਪਕਾਇਆ ਮਨੂੰ ਤੇ ਪਕਾਣੀ ਆਉਂਦੀ ਨਹੀਂ ਮਨੂੰ ਤੇ ਚਾਹ ਬਗਾਣੀ ਆਉਂਦੀ ਜੇ ਤੇ ਆਂਡਾ ਭਾਲਣਾ ਹੁੰਦਾ ਇਸ ਤੋਂ ਇਲਾਵਾ ਮਨੂੰ ਕੋਈ ਸ਼ੈ ਨਹੀਂ ਆਉਂਦੀ ਤੁਹਾਨੂੰ ਪਤਾ ਹੈ ਅੱਜ ਦੇ ਦੌਰ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀਆਂ ਤਲਾਕ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਜਿਹੜੀ ਵਜ੍ਹਾ ਸਾਹਮਣੇ ਆ ਰਹੀ ਏ ਉਹ ਇਹ ਵੇ ਕਿ ਘਰ ਦਾ ਨਿਜ਼ਾਮ ਬੱਚੀ ਨੂੰ ਚਲਾਣਾ ਹੀ ਨਹੀਂ ਹੁੰਦਾ ਉਹ ਯਾਰ ਆਹਰ ਮਰਦ ਨੇ ਕੁੱਕ ਮਾਣਾ ਖਵਾਣਾ ਤੇ ਫੇਰ ਨਿਜ਼ਾਮ ਚੱਲਣਾ ਨਾ ਤੇ ਜੇ ਅਗਰ ਘਰ ਦੇ ਵਿੱਚ ਔਰਤ ਨੇ ਇਹ ਜਿਹੜਾ ਖਾਣ ਪੀਣ ਵਾਲਾ ਸਾਰਾ ਮਾਮਲਾ ਹਰੇਕੀ ਜ਼ਰੂਰਤ ਤੇ ਜ਼ਿੰਦਗੀ ਹੈ ਜੇ ਜੇ ਇਹ ਉਹਨੇ ਨਹੀਂ ਚੱਲਦਾ ਤਾਂ ਨਿਜ਼ਾਮ ਕਿੰਜ ਚੱਲੇਗਾ ਖੁਦਾਰਾ ਯਾਰ ਅੱਜ ਦੇ ਮਾਪੇ ਹੋਗੇ ਮੇਰੀ ਰਿਕੁਐਸਟ ਹੈ ਖੂਸੀ ਮਾ ਮੰਗੇ ਕਿ ਨਾ ਬੱਚੀਆਂ ਨੂੰ ਤਵੱਜੋ ਦਿਓ ਇਹਨਾਂ ਬੱਚੀਆਂ ਨੂੰ ਜਿੱਦੂ ਦੂਸਰੇ ਕਾਰ ਕਲਣਾ ਜੇ ਇਹਨਾਂ ਨੂੰ ਹਰ ਕਿਸਮ ਦਾ ਖਾਣਾ ਪਕਾਣਾ ਹਰ ਚੀਜ਼ ਆਉਣੀ ਚਾਹੀਦੀ ਹੈ ਯਾਰ ਅੱਲਾਹ ਕਰੇਗੇ ਇਹਨਾਂ ਨੂੰ ਜ਼ਰੂਰਤ ਹੀ ਨਾ ਪਵੇ ਇਹਨਾਂ ਨੂੰ 10 ਨੌਕਰ ਉੱਥੇ ਮਿਲ ਜਾਣ ਲੇਕਿਨ ਯਾਰ ਚੰਗੇ ਮੰਦੇ ਵੇਲੇ ਨਾਲ ਹੁੰਦੇ ਨੇ ਜਿਸ ਤਰ੍ਹਾਂ ਕੋਈ ਵੀ ਮਰਦ ਅਗਰ ਕਮਾਣਾ ਛੱਡ ਦਵੇ ਨਾ ਕਮਾਏ ਤੇ ਬੱਚੀ ਵਾਲੇ ਤੇ ਕੋਈ ਵੀ ਬੱਚੀ ਵਾਲਾ ਮਾਪੇ ਉਸ ਬੱਚੇ ਨਾਲ ਰਿਸ਼ਤੇ ਨਹੀਂ ਕਰਦਾ ਜਿਹੜਾ ਵਿਹਲਾ ਲਫੰਡਰ ਹੋਵੇ ਕਮਾਉਂਦਾ ਕੱਖਣਾ ਹੋਵੇ ਤੇ ਯਾਰ ਕਿਸ ਔਰਤ ਦੀ ਵੀ ਬੱਚੀ ਦੀ ਕੋਈ ਜ਼ਿੰਮੇਵਾਰੀ ਹੈ ਉਹਨੇ ਵੀ ਕੋਈ ਘਰ ਚਲਾਣਾ ਹੈ ਯਾਰ ਨੂੰ ਖਾਣਾ ਪਕਾਣਾ ਨਾ ਹੁੰਦਾ ਹੋਏਗਾ ਤੇ ਕਿਸ ਤਰ੍ਹਾਂ ਘਰ ਚੱਲੇਗਾ ਖੁਦਾਰਾ ਮੇਰੀ ਇਸ ਗੱਲ 'ਲ ਜ਼ਰਾ ਸੀਰੀਅਸ ਨੋਟਿਸ ਲਵੋ ਮੈਨੂੰ ਬਹੁਤ ਜਿਹੜਾ ਨਾ ਦੇਖਿਆ ਇਸ ਮਾਸਰੇ 'ਚ ਹਰ ਦੂਜੇ ਮਹੀਨੇ ਇੰਜ ਨੇ ਪ੍ਰੇਮ ਘਾ ਰਹੇ ਆਂ ਔਰ ਅੱਜ ਮੈਂ ਕਹਿਆ ਮੈਂ ਆਪਣੇ ਜਿਹੜੇ ਦੋਸਤ ਭਾਈ ਸਾਡੇ ਜਿਨ੍ਹਾਂ ਦੀਆਂ ਬੱਚੀਆਂ ਜਵਾਨ ਨੇ ਜਿਨ੍ਹਾਂ ਸ਼ਾਦੀਆਂ ਕਰਨੀਆਂ ਨੇ ਖੁਦਾਰਾ ਯਾਰ ਧਿਆਨ ਕਰੋ ਆਪਣੀਆਂ ਬੱਚੀਆਂ ਨੂੰ ਤਾਲੀਮ ਦੇ ਨਾਲ ਨਾਲ ਖਾਣ ਪਕਾਣ ਦੀ ਜਾਜ ਜ਼ਰੂਰ ਦਸੋ ਔਰ ਇਨਸ਼ਾ ਅੱਲਾਹ ਤਾਲਾ ਉਹ ਵੈਸੇ ਵੀ ਉਹ ਸਾਡੇ ਵਡੇਰਿਆਂ ਦੀ ਮਿਸਾਲ ਐ ਕਿ ਮਰਦ ਦੇ ਦਿਲ ਨੂੰ ਜਿਹੜਾ ਰਸਤਾ ਜਾਂਦਾ ਨਾ ਉਹ ਉਮੇਦੇ ਦੇ ਵਿੱਚੋਂ ਹੋ ਕੇ ਜਾਂਦਾ ਹੈ। ਅਗਰ ਅੱਛੀ ਕੋਈ ਬੱਚੀ ਜਿਹੜੀ ਉਹਨੂੰ ਖਾਣਾ ਪਕਾਉਣਾ ਅੱਛਾ ਹੁੰਦਾ ਨਾ ਤਾਂ ਯਕੀਨਨ ਉਹ ਜਿੱਦੂ ਸ਼ਾਦੀ ਹੋ ਕੇ ਆਪਣੇ ਘਰ ਜਾਏਗੀ ਆਪਣੇ ਖਾਵੰ ਦੇ ਘਰ ਜਾਏਗੀ ਤੇ ਉਹਦੇ ਲਈ ਇੱਕ ਇੱਜ਼ਤ ਦਾ ਬਾਇਸ ਬਣੇਗੀ ਇਹ ਚੀਜ਼ ਕਿ ਉਹ ਇੱਕ ਅੱਛੀ ਉਹਨੂੰ ਖਾਣਾ ਪਕਾਉਣਾ ਹੁੰਦਾ। ਔਰ ਉਹਦੀ ਇੱਜ਼ਤ ਇਨਸ਼ਾਅੱਲਾ ਉੱਥੇ ਵਧੇਗੀ ਇਹ ਛੋਟੀ ਜੀ ਗੱਲ ਹੈ ਲੇਕਿਨ ਇਹ ਬੜੀ ਵੱਡੀ ਗੱਲ ਹੈ ਇਹ ਮੇਰੇ ਭਰਾਵੋ ਇਸ ਗੱਲ ਦਾ ਧਿਆਨ ਕਰਨਾ ਜਿਹਦੇ ਵਾਸਤੇ ਰੱਬ ਦੇਵਲੇ